ਸਾਰਿਆਂ ਨੂੰ ਜੈ ਮਸੀਹ ਦੀ, ਰੱਬ ਦੇ ਦਾਸ ਨੂੰ ਵੀ ਜੈ ਮਸੀਹ ਦੀ, ਜੈ ਮਸੀਹ ਦੀ ਜੀ। ਮੇਰੀ ਗਵਾਹੀ ਇਸ ਤਰ੍ਹਾਂ ਕਿ ਮੇਰੀ ਅੱਖਾਂ ਵਿੱਚ ਉੱਚੀ ਬੋਲ ਥੋੜ੍ਹਾ ਸਾ ਅੱਖਾਂ ਵਿੱਚ ਪ੍ਰੋਬਲਮ ਸੀ ਅਤੇ ਮੈਂ ਪਰਮੇਸ਼ਵਰ ਦੇ ਦਾਸ ਕੋਲ ਪ੍ਰਾਰਥਨਾ ਕਰਵਾਈ ਅਤੇ ਹੁਣ ਠੀਕ ਹਾਂ। ਸਾਰਿਆਂ ਨੂੰ ਜੈ ਮਸੀਹ। ਪ੍ਰੋਬਲਮ ਕੀ ਸੀ? ਐਸਾ ਨਾ ਕਰ। ਕਿੰਨੇ ਚਿਰ ਤੋਂ ਪ੍ਰੋਬਲਮ ਸੀ ਤੇਰੀ? ਕਾਫੀ ਚਿਰ। ਉਹ ਮਾਈਕ ਮੇ ਬੋਲ, ਉਨਕੋ ਨਹੀਂ ਸੁਣਾਈ ਦੇਤਾ, ਉੱਚਾ ਸੁਣਤੇ ਹੋ। ਕਾਫੀ ਚਿਰ ਹੋ ਗਿਆ। ਕਾਫੀ ਚਿਰ ਦਾ ਕੀ ਮਤਲਬ ਹੀ? ਕਿੰਨੇ ਸਾਲ, ਕਿਤਨਾ ਸਾਲ ਹੋ ਗਿਆ? ਦੋ ਸਾਲ। ਐਸਾ ਬੋਲੋ, ਕਿਤਨਾ ਪ੍ਰੋ। ਉਹ ਮਾਈਕ ਮੇਰੇ ਕੋ ਕਿਉਂ ਬੋਲ ਰਹੀ? ਉਧਰ ਬੋਲਣਾ ਹੈ, ਮੁਝੇ ਪਤਾ ਹੈ ਤੇਰੇ ਕੋ ਕਿਆ ਪ੍ਰੋਬਲਮ ਹੈ, ਉਨਕੋ ਨਹੀਂ ਪਤਾ ਹੈ ਤੇਰੇ ਕੋ ਕਿਆ ਪ੍ਰੋਬਲਮ ਹੈ। ਦੋ ਸਾਲ। ਦੋ ਸਾਲ, ਦੋ ਸਾਲ ਮੈਂ ਤੁਮਕੋ ਕਿਆ ਪ੍ਰੋਬਲਮ ਥਾ, ਕਿਆ ਨਹੀਂ ਦਿਖਤਾ ਥਾ ਆਪਕੋ? ਮੁਝੇ ਦੂਰ ਸੇ ਨਹੀਂ ਦਿਖਤਾ ਥਾ। ਦੂਰ ਸੇ? ਅਭੀ ਦਿਖ ਰਹਾ ਹੈ ਤੁਝੇ ਦੂਰ ਸੇ? ਘੜੀ ਮੇ ਕਿਤਨੇ ਵਜੇ ਹੈ? ਸਾਢੇ ਬਾਰਾਂ ਨਹੀਂ, 12:40 ਹੈ। ਤੋ ਇਸਕਾ ਮਤਲਬ ਅਬ ਤੂੰ ਟਾਈਮ ਸੇ ਆਏਗੀ। ਹਾਂ, ਪਹਿਲੇ ਜਬ ਇਨਕੋ ਹਸਪਤਾਲ ਲੇਕਰ ਗਏ ਇਨਕੇ ਪਾਪਾ, ਤੋ ਕਿਆ ਬਤਾਇਆ ਥਾ ਬਿਮਾਰੀ ਕਾ ਨਾਮ? ਉਸ ਪੇ ਬੋਲ, ਮੁਝਕੋ ਕਿਆ ਬੋਲ ਰਹੀ ਹੈ? ਇਸਕੋ ਪਕੜ, ਕੋਈ ਪੜ ਲਓ ਇਸਕਾ ਮਾਈਕ ਇਸਕੇ ਆਕੇ ਆਕੇ। ਕੀ ਬਿਮਾਰੀ ਦਾ ਨਾਂ ਕੀ ਸੀ? ਕਾਲਾ ਮੋਤੀਆ। ਕਾਲਾ ਮੋਤੀਆ, ਕਾਲੇ ਮੋਤੀਆ ਮੇ ਕਿਆ ਹੋਤਾ ਹੈ? ਨਹੀਂ ਦਿਖਤਾ ਹੈ। ਹਾਂਜੀ, ਕਿਆ ਹੋਤਾ ਹੈ? ਕਿਆ ਹੋਤਾ ਹੈ? ਦੂਰ ਕਾ ਨਹੀਂ ਦਿਖਤਾ ਹੈ, ਮਗਰ ਜਬ ਭਾਈ ਡੇਵਿਡ ਨੇ ਪ੍ਰਾਰਥਨਾ ਕੀਆ ਹੈ, ਤੇਰੇ ਕੋ ਅਬ ਦੂਰ ਕਾ ਦਿਖਨੇ ਲਗਾ ਹੈ, ਤੋ ਨੰਬਰ ਅਬ 100 ਮੇ ਸੇ 110 ਆਏਂਗੇ ਤੇਰੇ। ਹਾਲੇਲੂਯਾ, ਆਮੇਨ, ਆਮੇਨ। ਪ੍ਰਭੂ ਆਸ਼ੀਸ਼ ਦੇ। ਆਪਣੀ ਜਗ੍ਹਾ ਪਰ ਬੈਠੀਏ।